ਠੀਕ ਆ ਜੀ ਆ ਮੇਰਾ ਭਣਵਈਆ ਵਾ ਤੇ ਉਹਨਾਂ ਨੂੰ ਮੈਂ ਝੂਠ ਬੋਲ ਕੇ ਤੇ ਫੇਰ ਆਇਆ ਸੀਗਾ ਵੀ ਮੈਨੂੰ ਮੈਂ ਕਿਸੇ ਫਰੈਂਡ ਨੂੰ ਮਿਲ ਜਾਣਾ ਵੀਡੀਓ ਬਣਾ ਦੇ ਨਹੀਂ ਫੋਨ ਨਹੀਂ ਦੇਣਾ ਮੈਂ ਫਰੈਂਡ ਨੂੰ ਮਤਲਬ ਕਰਨਾ ਸੀ ਇਹਦੇ ਵਿੱਚ ਬਹੁਤ ਕੁਛ ਆ ਮੈਂ ਨਹੀਂ ਦੇਣਾ ਇਹ ਫਰੈਂਡ ਨੂੰ ਮਿਲ ਜਾਣਾ ਇੱਕ ਘੰਟੇ ਵਾਸਤੇ ਗੱਡੀ ਮੰਗੀ ਸੀ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਠੀਕ ਆ ਜੀ ਹਾਂਜੀ ਉਹ ਮੇਰੀ ਗੱਲ ਸੁਣੋ ਉਹ ਮੁੜ ਕੇ ਫਿਰ ਇੱਥੇ ਇਹ ਮੈਨੂੰ ਪਤਾ ਸੀਗਾ ਵੀ ਇਹ ਅੱਡਾ ਬਹੁਤ ਵਧੀਆ ਵਾ ਇੱਕ ਮਤਲਬ ਆਪਣੀ ਗੱਲ ਰੱਖਣ ਦਾ ਠੀਕ ਆ ਜੀ ਮੈਨੂੰ ਇਹ ਇੱਥੇ ਮੈਂ ਇਹ ਕਰਕੇ ਲੜਨ ਵਾਸਤੇ ਨਹੀਂ ਆਇਆ ਵੀ ਜਾਂ ਮੈਂ ਇਹ ਮੁਕਾਬਲਾ ਕਰਨ ਵਾਸਤੇ ਕੋਈ ਵਧੀਆ ਗੱਲ ਜਗ੍ਹਾ ਸੀ ਜਾਂ ਇਹ ਜਿਹੜੀ ਐਸ ਐਲ ਆਰ ਆ ਕੋਈ ਬੜੀ ਵਧੀਆ ਗੰਨ ਆ ਮੁਕਾਬਲੇ ਵਾਸਤੇ ਇਹ ਬਿਲਕੁਲ ਅੰਗਰੇਜ਼ਾਂ ਦੇ ਟਾਈਮ ਦੀ ਗੰਨ ਆ ਕੋਈ ਹੁਣ ਇਹ ਤੇ ਵੈਸੇ ਜਿਹੜੀ ਫੌਜ ਡੈਡ ਕਰ ਦਿੰਦੀ ਆ ਉਹ ਗੰਨਾਂ ਪੁਲਿਸ ਕੋਲ ਆਈਆਂ ਜਿਹੜੀਆਂ ਪੁਲਿਸ ਡੈਡ ਕਰ ਦਿੰਦੀ ਆ ਉਹ ਸਾਡੇ ਵਰਗਿਆਂ ਕੋਲ ਮੁੜ ਕੇ ਗੰਨ ਹੌਸਾਂ 'ਚ ਆ ਜਾਂਦੀਆਂ ਸੋ ਇਹ ਕਰਕੇ ਇਹ ਮੈਂ ਆਪਣੀ ਲੜਨ ਵਾਸਤੇ ਨਹੀਂ ਲਈ ਇਹ ਸਿਰਫ ਆਪਣੀ ਗੱਲ ਰੱਖਣ ਵਾਸਤੇ ਲਈ ਸੀ ਵੀ ਮੇਰੀ ਸੁਣਵਾਈ ਨਹੀਂ ਹੋਣ ਡਈ ਤੇ ਉਹ ਬੰਦੇ ਆਮ ਆਦਮੀ ਪਾਰਟੀ ਦੇ ਆ ਠੀਕ ਆ ਜੀ ਇਸ ਕਰਕੇ ਮੈਂ ਇਹ ਅੱਡਾ ਚੁਣਿਆ ਸੀ ਵੀ ਜਦੋਂ ਇੱਥੇ ਕਿਹੜੇ ਪਿੰਡ ਦੇ ਬੰਦੇ ਆ ਗੁਰਦਾਸ ਨੰਗਲ ਪਿੰਡ ਦੇ ਤੁਹਾਡਾ ਨਗਰ ਕਿਹੜਾ ਵਾ ਮੇਰਾ ਵੀ ਗੁਰਦਾਸ ਨੰਗਲ ਆ ਤੁਹਾਡਾ ਨਾਂ ਕੀ ਆ ਜਸਵਿੰਦਰ ਸਿੰਘ ਆ ਪਿਤਾ ਦਾ ਨਾਮ ਜਸਵਿੰਦਰ ਸਿੰਘ ਸਨ ਆਫ ਰਜਿੰਦਰ ਸਿੰਘ ਆ ਰੈਜ਼ੀਡੈਂਸ ਆਫ ਗੁਰਦਾਸ ਨੰਗਲ ਇਹ ਆਪਣੇ ਕੋਈ ਪਿੰਡ ਦੇ ਕੋਈ ਇਹਨਾਂ ਦੀ ਲੜਾਈ ਸੀਗੀ ਉਸ ਸੰਬੰਧੀ ਆਪਣੀ ਦਰਖਾਸਤ ਦੇ ਸੰਬੰਧੀ ਆਪਣੇ ਥਾਣੇ ਆਇਆ ਸੀਗਾ ਅੱਜ ਸਵੇਰ ਕਰੀਬ 9 ਵਜੇ ਤੇ ਮੌਕਾ ਦੇਖਦੇ ਨੇ ਜਿਹੜਾ ਸਾਡਾ ਸੰਤਰੀ ਪੀ ਐਚ ਡੀ ਪ੍ਰਦੀਪ ਕੁਮਾਰ ਨੂੰ ਧੱਕਾ ਦਿੱਤਾ ਤੇ ਉਸ ਤੋਂ ਜਿਹੜੀ ਉਹਦੇ ਕੋਲ ਏ ਐਲ ਆਰ ਵੈਪਨ ਉਹ ਤਾਂ ਖੋਇਆ ਤੇ ਉਸ ਦੇ ਤਰਫ ਕਰਕੇ ਉਹਨੂੰ ਡਰਾ ਕੇ ਉਹ ਇੱਥੋਂ ਖੋ ਕੇ ਲੈ ਗਿਆ ਆਪਣੀ ਕਰੂਜ਼ ਗੱਡੀ 'ਤੇ ਉਸ ਤੋਂ ਬਾਅਦ ਅਸੀਂ ਆਪਣੇ ਐਸ ਐਚ ਓ ਸਾਹਿਬ ਸਰਦਾਰ ਸਰਬਜੀਤ ਸਿੰਘ ਇਹਨਾਂ ਦੀ ਟੀਮ ਨੇ ਉਸ ਨੂੰ ਪਿੱਛਾ ਕੀਤਾ ਅਤੇ ਅਸੀਂ ਵਿਦ ਇਨ 2 or 3 ਆਵਰਸ ਅਸੀਂ ਉਹਨੂੰ ਨੈਬ ਕਰ ਲਿਆ ਦੇਖੋ ਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਸੇ ਜਿੱਥੋਂ ਤੱਕ ਅਸੀਂ ਵੈਰੀਫਾਈ ਕਰ ਲਿਆ ਇਹ ਥੋੜ੍ਹਾ ਡਿਪਰੈਸ਼ਨ ਦਾ ਮਰੀਜ਼ ਹੈਗਾ ਬਾਕੀ ਜਿਹੜੀ ਹੈਗੀ ਅਗਲੀ ਕਾਰਵਾਈ ਅਸੀਂ ਐੱਫ ਆਈ ਆਰ ਲੌਂਚ ਕਰ ਦਿੱਤੀ ਐੱਫ ਆਈ ਆਰ ਨੰਬਰ 134/2022 ਇਹ ਅਸੀਂ ਲੌਂਚ ਕਰ ਦਿੱਤੀ ਅਤੇ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਅਮਲ ਵਿੱਚ ਲਿਆਂਦੀ ਜਾ ਰਹੀ